ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਨਮਸਕਾਰ, ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਰੂਪ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਕੁੜਕਾ, ਜਿੱਥੇ ਕਿ ਵਰਲਡ ਵਾਈਡ ਸਕੋਪ ਵੈਲਫੇਅਰ ਸੋਸਾਇਟੀ ਯੂਕੇ ਵੱਲੋਂ ਜਿਹੜਾ ਹੈ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਜਿਹੜਾ ਹੈ ਲਗਾਇਆ ਗਿਆ ਹੈ, ਜਿੱਥੇ ਕਿ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਸਾਡੇ ਲੋਕ ਨੇ ਉਹ ਪਹੁੰਚੇ ਹੋਏ ਨੇ ਆਪਣਾ ਇਲਾਜ ਕਰਵਾਉਣ ਵਾਸਤੇ, ਆਪਣੀਆਂ ਜਿਹੜੀਆਂ ਦੁੱਖ ਤਕਲੀਫਾਂ ਆ ਅੱਖਾਂ ਦੀਆਂ ਉਹਦੇ ਬਾਰੇ ਡਿਸਕਸ਼ਨ ਕਰਨ ਲਈ। ਅਤੇ ਅੱਜ ਜਿਹੜੀ ਸੋਸਾਇਟੀ ਆ ਇਹਦੇ ਜਿਹੜੇ ਸਰਪ੍ਰਸਤ ਨੇ, ਇਹ ਜਿਹੜੇ ਸਮਾਜਿਕ ਕਾਰਜ ਜਿਹੜੇ ਆ ਸੁਸਾਇਟੀ ਕਰਦੀ ਆ, ਉਹਦੇ ਜਿਹੜੇ ਸੁਸਾਇਟੀ ਦੇ ਸਰਪ੍ਰਸਤ ਨੇ ਉਹ ਹੈਗੇ ਨੇ ਜੀ ਸਤਨਾਮ ਸਿੰਘ ਬੜ ਅਤੇ ਪਿੰਦੂ ਜੌਲ, ਜਿਨ੍ਹਾਂ ਦੀ ਅਗਵਾਈ ਵਿੱਚ ਇਹ ਜਿਹੜੇ ਕੈਂਪ ਲਗਵਾਏ ਜਾਂਦੇ ਨੇ। ਹਰ ਸਾਲ ਜਿਹੜੇ ਆ ਇਹ ਸਮਾਜਿਕ ਕਾਰਜ ਜਿਹੜੇ ਆ ਇਹ ਸੁਸਾਇਟੀ ਵੱਲੋਂ ਕੀਤੇ ਜਾਂਦੇ ਨੇ। ਜਿਵੇਂ ਕਿ ਇੱਥੇ ਲੋਹੜੀ 'ਤੇ ਜਿਹੜੇ ਆ 1100 ਬੱਚਿਆਂ ਦੀ ਜਿਹੜੀ ਲੋਹੜੀ ਆ ਉਹ ਪਾਈ ਜਾਂਦੀ ਆ, ਅਤੇ ਜਿਹੜੇ ਲੜਕੀਆਂ ਨੇ ਗਰੀਬ ਪਰਿਵਾਰ ਦੀਆਂ ਲੜਕੀਆਂ ਉਹਨਾਂ ਦੇ ਆਨੰਦ ਕਾਰਜ ਵੀ ਇਹ ਸੁਸਾਇਟੀ ਵੱਲੋਂ ਕਰਵਾਏ ਜਾਂਦੇ ਨੇ। ਹਰ ਸਾਲ ਦੀ ਤਰ੍ਹਾਂ ਜਿਹੜੇ ਆ ਇੱਥੇ ਕੈਂਪ ਜਿਹੜੇ ਲਗਵਾਏ ਜਾਂਦੇ ਨੇ ਲੋਕਾਂ ਦੇ ਫਾਇਦੇ ਦੇ, ਲੋਕਾਂ ਦੇ ਲਾਭ ਦੇ ਲਈ। ਇੱਥੇ ਅਸੀਂ ਪਹੁੰਚੇ ਹਾਂ ਅਤੇ ਹੁਣ ਅਸੀਂ ਇੱਥੇ ਜਿਹੜੇ ਲੋਕ ਪਹੁੰਚੇ ਨੇ ਇਲਾਜ ਦੇ ਲਈ ਅਤੇ ਉਹਨਾਂ ਬਾਰੇ ਵੀ ਗੱਲ ਕਰਾਂਗੇ। ਅਤੇ ਜਿਹੜੀ ਇੱਥੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਟੀਮ ਪਹੁੰਚੀ ਆ ਉਹ ਹੈਗੀ ਆ ਜੀ ਡਾਕਟਰ ਰਾਜਨ ਆਈ ਕੇਅਰ ਹੋਸਪਿਟਲ ਫਗਵਾੜਾ, ਜਿਹੜੀ ਟੀਮ ਵਿਸ਼ੇਸ਼ ਰੂਪ 'ਚ ਇੱਥੇ ਜਿਹੜੇ ਲੋਕਾਂ ਦੇ ਇਲਾਜ ਲਈ ਜਿਹੜੀ ਪਹੁੰਚੀ ਹੋਈ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਅਤੇ ਆਓ ਅਸੀਂ ਲੋਕਾਂ ਨਾਲ ਇੱਥੇ ਜਿਹੜੇ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਕਿਵੇਂ ਦਾ ਲੱਗ ਰਿਹਾ ਆ ਕਿ ਹਰ ਸਾਲ ਉਹਨਾਂ ਦੀ ਹੈਲਪ ਜਿਹੜੀ ਕੀਤੀ ਜਾਂਦੀ ਹੈ ਸੁਸਾਇਟੀ ਦੀ ਵੱਲੋਂ। ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰ ਪ੍ਰਸ਼ਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲ ਗੁਰੂ ਨਾਨਕ ਦੇਵ ਮਹਾਰਾਜ ਕੀ ਜੈ ਬੋਲ ਸ੍ਰੀ ਸਤਿਗੁਰੂ ਦੇਵ ਮਹਾਰਾਜ ਕੀ ਜੈ ਬੋਲ ਸੰਤੋ ਮਹਾਤਮੋ ਸਾਧ ਸੰਗਤ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਅੱਜ ਖੁਸ਼ੀ ਦੀ ਗੱਲ ਹੈ ਜੋ ਕੱਲ੍ਹ ਵੀ ਪਿੰਡ ਭਾਣੂਕੀ ਵਿਖੇ ਬਾੜਾ ਪਰਿਵਾਰ ਵੱਲੋਂ ਜੋਲ ਪਰਿਵਾਰ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਕੱਲ੍ਹ ਵੀ ਉੱਥੇ ਕੈਂਪ ਦਾ ਉਦਘਾਟਨ ਕੀਤਾ ਗਿਆ। ਉਸ ਕੈਂਪ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਇਸ ਕੈਂਪ ਦਾ ਲਾਭ ਉਠਾਇਆ ਹੈ। ਉਸੇ ਤਰ੍ਹਾਂ ਅੱਜ ਵੀ ਜੋਲ ਫਾਰਮ ਉੱਤੇ ਸਰਦਾਰ ਸਵਰਗਵਾਸੀ ਸਰਦਾਰ ਗੁਰਮੁਖ ਸਿੰਘ ਜੀ ਜੋਲ ਦੇ ਸਮੁੱਚੇ ਪਰਿਵਾਰ ਵੱਲੋਂ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਉਹਨਾਂ ਦੇ ਪੁੱਤਰ ਪਿੰਦੂ ਸਿੰਘ ਜੀ ਜੌਲ, ਸਤਨਾਮ ਸਿੰਘ ਜੀ ਬਾੜਾ ਅਤੇ ਸਮੁੱਚੇ ਪਰਿਵਾਰ ਰਲ ਮਿਲ ਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਜੋਲ ਫਾਰਮ ਦੇ ਉੱਤੇ ਜੋ ਅੱਖਾਂ ਦੇ ਕੈਂਪ ਦਾ ਉਦਘਾਟਨ ਕੀਤਾ ਹੈ। ਮੈਂ ਜਿੱਥੇ ਪਰਿਵਾਰ ਨੂੰ ਵਧਾਈ ਦਿੰਦਾ ਹਾਂ, ਇਹ ਇਲਾਕਾ ਵੀ ਬੜਾ ਕਰਮਾਂ ਅਤੇ ਭਾਗਾਂ ਵਾਲਾ ਹੈ, ਜਿਨ੍ਹਾਂ ਇਲਾਕੇ ਵਾਸਤੇ ਇਹ NRI ਬੜਾ ਵੱਡਾ ਯੋਗਦਾਨ ਕਰਦੇ ਹਨ, ਵੱਡਾ ਯੋਗਦਾਨ ਦਿੰਦੇ ਹਨ। ਮੈਂ ਇਹਨਾਂ ਨੂੰ ਵੀ ਵਾਹਿਗੁਰੂ ਅੱਗੇ ਅਰਦਾਸ ਕਰਦਾ, ਸੱਚੇ ਪਾਤਸ਼ਾਹ ਇਹਨਾਂ ਪਰਿਵਾਰਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ ਜੀ। ਸਰਦਾਰ ਤਰੋਚਨ ਸਿੰਘ ਜੀ ਜੌਲ, ਬਿੰਦਾ ਸਿੰਘ ਜੀ ਜੌਲ, ਹੋਰ ਵੀ ਜੌਲ ਪਰਿਵਾਰ ਮੈਂਬਰ ਸਾਰੇ ਇੱਥੇ ਇਕੱਤਰ ਹੋਏ ਨੇ। ਉਹਨਾਂ ਦਾ ਵੀ ਬੜਾ ਵੱਡਾ ਉੱਦਮ ਹੈ, ਜਿੱਥੇ ਸਤਨਾਮ ਸਿੰਘ ਬਾੜਾ ਦਾ ਉੱਦਮ ਹੈ, ਜਿੱਥੇ ਪਿੰਦੂ ਸਿੰਘ ਜੌਲ ਦਾ ਉੱਦਮ ਹੈ, ਉੱਥੇ ਇਹਨਾਂ ਪਤਵੱਤੇ ਸੱਜਣਾਂ ਦਾ ਵੀ ਬੜਾ ਵੱਡਾ ਉੱਦਮ ਹੈ, ਸਾਂਝ TV ਦਾ ਬੜਾ ਉੱਦਮ ਹੈ, ਗੁਰਦੀਪ ਸਿੰਘ ਜੀ ਸਰਪੰਚ ਜਿਨ੍ਹਾਂ ਦਾ ਬਹੁਤ ਵੱਡਾ ਉੱਦਮ ਹੈ, ਜਿਹੜਾ ਕਿ ਇਸ ਕੈਂਪਾਂ ਨੂੰ ਇਸ ਪ੍ਰੋਗਰਾਮਾਂ ਨੂੰ ਬੜੀ ਚੜ੍ਹਦੀ ਕਲਾ ਦੇ ਵਿੱਚ ਜੋ ਸਾਧ ਸੰਗਤ ਜੀ ਦੋ ਬ੍ਰਦਰ ਭਰਾ ਨੇ ਬਾਰਸ ਭਰਾ ਜੇ ਉਹ ਵੀ ਇੱਥੇ ਆਣ ਕੇ ਉੱਦਮ ਉਪਰਾਲਾ ਕਰਦੇ ਨੇ, ਜੋ ਪੰਜ ਤਰੀਕ ਨੂੰ ਅਖੰਡ ਪਾਠ ਸਾਹਿਬ ਵੀ ਆਰੰਭ ਕਰਨੇ, ਬੱਚੀਆਂ ਦੇ ਵਿਆਹ ਵੀ ਕੀਤੇ ਜਾਣਗੇ, 8 ਤਰੀਕ ਨੂੰ 1100 ਬੱਚੀਆਂ ਦੀ ਲੋਹੜੀ ਪਾਈ ਜਾਣਗੀ। ਮੈਂ ਕਹਿੰਦਾ ਬਹੁਤ ਵੱਡੀ ਇਹ ਮਿਸਾਲ ਹੈ ਹਿੰਦੁਸਤਾਨ ਦੇ ਵਿੱਚ, ਕਿਸੇ ਨੇ ਇਹੋ ਜਿਹਾ ਕੋਈ ਪਰਉਪਕਾਰ ਨਹੀਂ ਕੀਤਾ। ਕੋਈ 1-2 ਜਾਂ ਮੁੰਡੇ ਦੀ ਲੋਹੜੀ ਪਾਉਂਦੇ ਹਨ ਜਾਂ ਕੁੜੀਆਂ ਦੀ 2-4 ਦੀ ਲੋਹੜੀ ਪਾਉਂਦੇ ਹੋਣਗੇ, 1100 ਲੋਹੜੀ ਸਾਧ ਸੰਗਤ ਜੀ ਮੇਰੇ ਸੁਣਨ ਦੇ ਵਿੱਚ, ਇਹ ਜੋ ਆਪਾਂ ਸੁਣਦੇ ਪਏ ਸਾਰੇ ਦੇਖਦੇ ਪਏ ਨੇ, ਸਾਧ TV 'ਤੇ ਸਾਧ ਸੰਗਤ ਜੀ ਐਡ ਵੀ ਚੱਲਦੀ ਪਈ ਹੈ, ਜੋ ਇਹ ਤੱਗੜ ਪਰਿਵਾਰ ਜੋਲ ਪਰਿਵਾਰ ਹਰ ਸਾਲ ਦੀ ਤਰ੍ਹਾਂ ਵੱਧ ਤੋਂ ਵੱਧ ਉੱਦਮ ਕਰਦੇ ਹਨ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ। ਸਾਡੇ ਬਹੁਤ ਹੀ ਪਿਆਰੇ ਜੋ ਪਿਛਲੇ ਦਿਨ ਹੀ ਪਿਛਲੇ ਸਾਲ ਹੀ ਸਰਦਾਰ ਗੁਰਮੁਖ ਸਿੰਘ ਜੀ ਜੌਲ ਜੋ ਸਾਨੂੰ ਵਿਛੋੜਾ ਦੇ ਕੇ ਚੱਲ ਗਏ ਹਨ, ਉਹਨਾਂ ਦਾ ਇਸ ਇਲਾਕੇ ਵਿੱਚ ਬੜਾ ਲੰਬਾ ਸਮਾਂ ਉਹਨਾਂ ਨੇ ਸਰਪੰਚੀ ਕੀਤੀ ਹੈ, ਕਿਉਂਕਿ ਦਾਸ ਦੇ ਨਾਲ ਇਸ ਪਰਿਵਾਰ ਦਾ ਮੇਰੇ ਵੱਡਿਆਂ ਦੇ ਨਾਲ ਪਰਮ ਪੂਜਨੀਕ ਸੰਤ ਬਾਬਾ ਮੋਹਣੀ ਜੀ ਮਹਾਰਾਜ, ਪਰਮ ਪੂਜਨੀਕ ਸੰਤ ਬਾਬਾ ਦਲੇਰ ਸਿੰਘ ਜੀ ਮਹਾਰਾਜ, ਇਸ ਇਲਾਕੇ ਦੇ ਨਾਲ ਉਹਨਾਂ ਸੰਗਤਾਂ ਦਾ ਬੜਾ ਪ੍ਰੇਮ ਸੀ,
ਵੱਡੇ ਮਹਾਂਪੁਰਖਾਂ ਨੇ ਇਸ ਇਲਾਕੇ 'ਚ ਬਹੁਤ ਵੱਡੇ ਪਰਉਪਕਾਰ ਕੀਤੇ ਨੇ। ਅੱਜ ਉਸ ਪਰਉਪਕਾਰ ਦੇ ਜੋ ਬੂਟੇ ਲੱਗੇ ਹੋਏ ਨੇ, ਅੱਜ ਇਹ ਜੋਲ ਪਰਿਵਾਰ ਉਹਨਾਂ ਛਾਵਾਂ ਦਾ ਆਨੰਦ ਮਾਣਦੇ ਹਨ। ਮੈਂ ਗੁਰੂ ਨਾਨਕ ਦੇ ਚਰਨਾਂ ਵਿੱਚ ਅਰਦਾਸ ਕਰਦਾ ਇਹ ਦੋਨਾਂ ਪਰਿਵਾਰਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਉਹ ਜਿਹੜੇ ਇੱਥੇ ਅਰੇਂਜਮੈਂਟ ਕਰਦੇ ਨੇ, ਪ੍ਰਬੰਧ ਕਰਦੇ ਨੇ ਵਾਹਿਗੁਰੂ, ਉਹਨਾਂ ਨੂੰ ਵੀ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਮੈਂ ਪਰਿਵਾਰ ਨੂੰ ਵਧਾਈ ਦਿੰਦਾ ਹਾਂ, ਫਤਿਹ ਬੁਲਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ, ਅਸੀਂ ਹੁਣ ਗੱਲ ਕਰਦੇ ਹਾਂ ਇਸ ਸੰਸਥਾ ਜਿਹੜੇ ਸਰਪ੍ਰਸਤ ਨੇ ਬਿੰਦੂ ਚੌਲ ਜੀ ਦੀ ਸਿਸਟਰ ਦੇ ਨਾਲ ਗੱਲ ਕਰਦੇ ਨੇ ਅਤੇ ਇਸ ਜਿਹੜੇ ਕੈਂਪ ਲਗਵਾਏ ਜਾਂਦੇ ਹਨ, ਸਮਾਜਿਕ ਕਾਰਜ ਕੀਤੇ ਜਾਂਦੇ ਨੇ, ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ। ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸਿਓ। ਬਲਜੀਤ ਕੌਰ। ਹਾਂਜੀ ਮੈਮ, ਅਤੇ ਜਿਹੜਾ ਇਹ ਕੈਂਪ ਲਗਵਾਏ ਜਾਂਦੇ ਨੇ ਅਤੇ ਇਹ ਹਰ ਸਾਲ ਕਰਵਾਇਆ ਜਾਂਦਾ ਹੈ। ਹਾਂਜੀ। ਅਤੇ ਜਿਹੜੇ ਲੋਕ ਤੁਸੀਂ ਮਤਲਬ ਜਿਹੜੀ ਇਹ ਜਿਹੜੀ ਸੰਸਥਾ ਆ, ਕਿੰਨੇ ਟਾਈਮ ਤੋਂ ਜਿਹੜੀ ਆ ਇਹ ਹੋਂਦ ਵਿੱਚ ਆਈ ਨੇ? ਛੇ ਸਾਲ। ਆਓ ਜੀ, ਹੁਣ ਅਸੀਂ ਗੱਲ ਕਰਦੇ ਹਾਂ ਇਸ ਸੁਸਾਇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ ਤੁਹਾਡਾ ਨੇਮ? ਸਤਵਿੰਦਰ ਕੌਰ। ਮੈਮ ਪਹਿਲਾਂ ਤਾਂ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜਿੱਦਾਂ ਇਹ ਸੁਸਾਇਟੀ ਆ, ਕਿੰਨੇ ਟਾਈਮ ਤੋਂ ਮਤਲਬ ਇਹ ਲੋਕਾਂ ਦੀ ਸੇਵਾ ਕਰਦੀ ਹੈ? 6 ਸਾਲ ਤੋਂ। ਓਕੇ, ਅਤੇ ਜਿਹੜਾ ਇੱਥੇ ਇਹ ਸੰਸਥਾ ਦੇ ਵੱਲੋਂ ਕਿਹੜੇ ਕਿਹੜੇ ਕਾਰਜ ਜਿਹੜੇ ਆ ਲੋਕਾਂ ਦੀ ਭਲਾਈ ਲਈ ਕੀਤੇ ਜਾਂਦੇ ਆ? ਇੱਥੇ ਅੱਖਾਂ ਦਾ ਕੈਂਪ ਲਗਾਇਆ ਜਾਂਦਾ ਆ, ਫ੍ਰੀ ਮੈਡੀਕਲ, ਅਤੇ ਗਰੀਬ ਬੱਚਿਆਂ ਦੀ ਮੈਰਿਜ ਕੀਤੀ ਜਾਂਦੀ ਹੈ, ਲੋਹੜੀ ਪਾਈ ਜਾਂਦੀ ਹੈ ਕੁੜੀਆਂ ਦੀ। ਓਕੇ, ਅਤੇ ਜਿਹੜਾ ਲੋਹੜੀ ਦਾ ਤੁਸੀਂ ਕਿਹਾ ਆ ਕਿ ਕੈਂਪ ਲੱਗ, ਜਿੱਦਾਂ ਅੱਜ ਕੈਂਪ ਲਗਾਇਆ ਗਿਆ, ਅਤੇ ਲੋਹੜੀ ਤਾਂ ਵਿਆਹ ਦੇ ਜਿਹੜੇ ਆਨੰਦ ਕਾਰਜ ਕੀਤੇ ਜਾਂਦੇ ਆ, ਵਿਆਹ ਕੀਤੇ ਜਾਂਦੇ ਆ, ਉਹਨਾਂ ਦਾ ਕੀ ਕੀ ਮਤਲਬ ਟਾਈਮਿੰਗ ਆ, ਕਿਹੜੇ ਕਿਹੜੇ ਦਿਨ? ਹੁਣ ਲੋਹੜੀ ਕਿਹੜੇ ਦਿਨ ਪਾਈ ਜਾਊਗੀ? ਹੁਣ 8 ਤਰੀਕ ਨੂੰ ਲੋਹੜੀ ਪਾਈ ਜਾਊਗੀ, 7 ਤਰੀਕ ਨੂੰ ਆਨੰਦ ਕਾਰਜ ਕੀਤੇ ਜਾਣਗੇ। ਠੀਕ ਹੈ ਜੀ। ਅਤੇ ਮੈਮ ਤੁਸੀਂ ਜਿੱਦਾਂ ਜਿਹੜੀ ਲੋਕ ਭਲਾਈ ਦੇ ਕਾਰਜ ਆ ਇਹ ਕੀਤੇ ਜਾ ਰਹੇ ਤੁਹਾਡੇ ਵੱਲੋਂ, ਅਤੇ ਇਹਦੇ ਪਿੱਛੇ ਕੀ ਸੋਚ ਹੈ, ਮਤਲਬ ਕਿਵੇਂ ਤੁਹਾਡੇ ਦਿਮਾਗ 'ਚ ਜਾਂ ਤੁਹਾਡੇ ਦਿਲ 'ਚ ਆਇਆ ਕਿ ਸਾਨੂੰ ਇਹ ਜਿੱਦਾਂ ਲੋਕਾਂ ਦੀ ਭਲਾਈ ਲਈ ਇਹ ਕੰਮ ਕਰਨੇ ਚਾਹੀਦੇ ਆ? ਹਾਂਜੀ, ਪਰਮਾਤਮਾ ਨੇ ਸਾਨੂੰ ਤਾਂ ਬਹੁਤ ਕੁਛ ਦਿੱਤਾ ਹੈ ਕਿ ਸਾਨੂੰ ਸੇਵਾ ਕਰਨੀ ਚਾਹੀਦੀ ਆ। ਹਾਂਜੀ, ਇੱਦਾਂ ਹੀ ਕਹਿੰਦੇ ਹਾਂ, ਜਿੱਦਾਂ ਮਹਾਰਾਜ ਨੇ ਸਾਨੂੰ ਬਹੁਤ ਕੁਛ ਦਿੱਤਾ ਆ, ਅਸੀਂ ਗਰੀਬਾਂ ਦੀ ਸੇਵਾ ਕਰੀਏ, ਗਰੀਬਾਂ ਦੀ ਬਾਂਹ ਫੜੀਏ, ਲੋੜਵੰਦ ਬੰਦਿਆਂ, ਜਿੱਦਾਂ ਲੋੜਵੰਦ ਜ਼ਰੂਰਤ ਲੜਕੀਆਂ ਦੇ ਵਿਆਹ ਕਰੀਏ, ਅਤੇ ਮੀਆਂ ਧੀਆਂ ਆ ਉਹਨਾਂ ਦੀ ਅਸੀਂ 8 ਤਰੀਕ ਨੂੰ ਲੋਹੜੀ ਪਾਈਏ। ਅਤੇ ਮੈਮ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਅਸੀਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਵੀ 7 ਤਰੀਕ ਨੂੰ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਆ, ਸਾਰੇ ਜਾਣੇ ਵਿਆਹ 'ਤੇ ਸਾਰੇ ਜਾਣੇ ਪਹੁੰਚੋ, ਅਤੇ 8 ਤਰੀਕ ਨਾਲ ਚੁੰਮੀਆਂ ਧੀਆਂ ਦੀਆਂ ਲੋਹੜੀਆਂ ਪਾਈਆਂ ਜਾਣਗੀਆਂ, ਸਾਰੇ ਜਾਣੇ ਲੋਹੜੀਆਂ 'ਤੇ ਤੁਸੀਂ ਆਓ, ਹੁੰਮ ਹੁਮਾ ਕੇ ਅਸੀਂ ਲੋਹੜੀ ਪਾਵਾਂਗੇ, ਅਤੇ ਰਲ ਮਿਲ ਕੇ ਸੱਦਾ ਦਿੱਤਾ ਆ। ਸੋ ਹੁਣ ਅਸੀਂ ਪਹੁੰਚੇ ਹਾਂ ਜੀ ਉੱਥੇ ਉਸ ਜਗ੍ਹਾ 'ਤੇ ਜਿੱਥੇ ਕਿ ਜਿਹੜੇ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ, ਇੱਥੇ ਜਿਹੜੇ ਮਰੀਜ਼ ਆਉਂਦੇ ਆ ਉਹਨਾਂ ਦੀ ਲਾਈਨ ਲੱਗੀ ਹੋਈ ਆ, ਇੱਥੇ ਬਕਾਇਦਾ ਜਿਹੜੀ ਆ ਪਰਚੀ ਜਿਹੜੀ ਆ ਸਲਿੱਪ ਜਿਹੜੀ ਆ ਉਹ ਕੱਟੀ ਜਾਂਦੀ ਆ, ਉਹਦੇ ਬਾਅਦ ਵਿੱਚ ਨੰਬਰ ਵਾਈਜ਼ ਜਿਹੜਾ ਆ ਉਹ ਡਾਕਟਰ ਇੱਧਰ ਬਹਿ ਕੇ ਚੈੱਕਅਪ ਕਰਦੇ ਨੇ, ਨੰਬਰ ਵਾਈਜ਼ ਮਰੀਜ਼ ਆਉਂਦੇ ਨੇ। ਠੀਕ ਹੈ ਜੀ, ਅਤੇ ਇੱਥੇ ਬਹੁਤ ਸਾਰੇ ਜਿਹੜੇ ਮਰੀਜ਼ ਇੱਥੇ ਪਹੁੰਚੇ ਹੋਏ ਨੇ। ਆਓ ਜੀ ਅਸੀਂ ਗੱਲ ਕਰਦੇ ਹਾਂ ਡਾਕਟਰ ਸਾਹਿਬ ਦੇ ਨਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ ਪਹਿਲਾਂ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਇੱਥੇ ਜਿਹੜਾ ਕੈਂਪ ਲਗਾਇਆ ਗਿਆ ਆ ਅਤੇ ਹਰ ਸਾਲ ਲਗਵਾਇਆ ਜਾਂਦਾ ਆ, ਕੀ ਕਹਿਣਾ ਚਾਹੁੰਦੇ ਇਸ ਬਾਰੇ? ਬਿਲਕੁਲ ਜੀ, ਹਰ ਸਾਲ ਇਹਨਾਂ ਦੀ ਜਿਹੜੀ ਕੈਂਪ ਲਗਾਉਂਦੇ ਆ ਜੌਲ ਸਾਹਿਬ, ਬਹੁਤ ਅੱਛਾ ਰਿਸਪੋਂਸ ਵੀ ਮਿਲਦਾ ਇਹਨਾਂ ਵੱਲੋਂ, ਪੇਸ਼ੈਂਟ ਵੀ ਕਾਫੀ ਹੈ, ਪੇਸ਼ੈਂਟ ਹਰੇਕ ਸਾਲ ਵੇਟ ਕਰਦੇ ਆ ਕੈਂਪ ਦੀ ਕਿ ਕੈਂਪ ਆਊਗਾ ਕਦੋਂ, ਅਸੀਂ ਇੱਕ ਅੱਧ ਖਾਈ, ਉਹ ਕਿਤੇ ਨਹੀਂ ਜਾਂਦੇ ਜਿਹੜੇ ਪੱਕੇ ਮਰੀਜ਼ ਆ, ਭਲੇ ਲੈਂਸ ਜਿਹੜੇ ਪਵਾਉਂਦੇ ਇੱਕ ਅੱਖ ਤੱਕ ਵਾਲਿਆਂ ਦੇ, ਬਾਅਦ ਵਿੱਚ ਕਹਿੰਦੇ ਕਿ ਇਹਦਾ ਕੀਤਾ ਸੀ, ਹੁਣੇ ਤਾਂ ਵੀ ਕਰ ਦਿਓ। ਕਾਫੀ ਅੱਛਾ ਦਿਨ ਪਰ ਦਿਨ ਕਾਫੀ ਭਲੇ ਦਾ ਕੰਮ ਹੋ ਰਿਹਾ, ਵਧੀਆ ਸਾਰਾ ਕੁਛ। ਮਰੀਜ਼ ਜਿਹੜੇ ਆਉਂਦੇ ਨੇ ਉਹ ਕੀ ਜਿਹੜੀਆਂ ਆਪਣੀ ਪ੍ਰੋਬਲਮਸ ਲੈ ਕੇ ਆਉਂਦੇ ਨੇ? ਮੋਸਟਲੀ ਤਾਂ ਦੇਖੋ ਜੀ, ਇਹਨਾਂ ਦੇ ਆਈਜ਼ ਦੇ ਵਿੱਚ ਚਿੱਟਾ ਮੋਤੀਆਂ ਦੀ ਪ੍ਰੋਬਲਮ ਹੁੰਦੀ ਹੈ 50-60 ਸਾਲ ਦੀ ਉਮਰ ਤੋਂ ਬਾਅਦ, ਹੈ ਨਾ, ਅਤੇ ਜ਼ਿਆਦਾਤਰ ਨੇੜੇ ਦੀ ਐਨਕ ਕਈ ਇਹਦੀ ਨਜ਼ਰ ਘੱਟ ਜਾਂਦੀ ਹੈ, ਅਤੇ ਉਹੀ ਮੋਸਟਲੀ 2 ਕਾਮਨ ਹੈਗੀਆਂ ਪ੍ਰੋਬਲਮਸ, ਹੈ ਨਾ, ਉਹਨਾਂ ਦਾ ਜਿਹੜਾ ਸਲਿਊਸ਼ਨ ਹੈ ਸਾਰਾ ਇੱਥੇ ਆ, ਨੇੜੇ ਦੀ ਐਨਕ ਆਪਾਂ ਇੱਥੋਂ ਦਿੰਦੇ ਹਾਂ, ਅਤੇ ਬਾਕੀ ਜਿਹੜੇ ਲੈਂਸ ਜਿਹੜੇ ਪਾਉਂਦੇ ਉਹ ਹੋਸਪਿਟਲ ਰੈਫਰ ਕਰਕੇ ਸਾਰਾ ਕੁਛ। ਜਿਹੜੇ ਤੁਸੀਂ ਕਿਹਾ ਕਿ ਹੁਣੇ ਕਿ ਸਪੈਕਸ ਜਿਹੜੀਆਂ ਤੁਸੀਂ ਦਿੰਦੇ ਆ ਤਾਂ ਉਹ ਵੀ ਫ੍ਰੀ 'ਚ ਹੁੰਦੀਆਂ? ਬਿਲਕੁਲ ਜੀ, ਸਾਰਾ ਐਵਰੀਥਿੰਗ ਸਾਰਾ ਕੁਛ ਫ੍ਰੀ ਦੇ ਵਿੱਚ ਹੈਗਾ ਆ ਪੇਸ਼ੈਂਟ ਨੂੰ,
ਅਤੇ ਇੱਕ ਰੁਪਈਏ ਦੀ ਕੋਈ ਖਰਚਾ ਦੀ ਲੋੜ ਨਹੀਂ, ਉਹ ਸਾਰਾ ਜੌਲ ਸਾਹਿਬ ਵੱਲੋਂ ਉਹਨਾਂ ਦਾ ਫ੍ਰੀ ਹੈ। ਕੁਛ ਡਾਕਟਰ ਰਾਜਨ ਹੋਸਪਿਟਲ ਦੀ ਵੀ ਸੇਵਾ ਹੈਗੀ ਹੈ, ਸਾਰਾ ਕੁਛ ਮਿਲ ਮਿਲਾ ਕੇ ਸਾਰਾ ਬਹੁਤ ਵਧੀਆ ਚੱਲ ਰਿਹਾ। ਜਿਹੜਾ ਜਿੱਦਾਂ ਹੁਣ ਚਿੱਟਾ ਮੋਤੀ ਆ ਹੁੰਦਾ ਆ, ਅਤੇ ਉਹਨਾਂ ਦੇ ਜਿੱਦਾਂ ਓਪਰੇਸ਼ਨ ਵਗੈਰਾ ਵੀ ਕੀਤਾ ਜਾਂਦਾ ਆ, ਅਤੇ ਓਪਰੇਸ਼ਨ ਦਾ ਕੀ ਮਤਲਬ, ਉਹ ਵੀ ਫ੍ਰੀ 'ਚ ਹੁੰਦਾ? ਬਿਲਕੁਲ ਜੀ ਬਿਲਕੁਲ, ਇਹਨਾਂ ਦੇ ਫੋਲਡੇਬਲ ਲੈਂਸ ਪਾਈ ਜਾਂਦੇ ਆ ਪੇਸ਼ੈਂਟ ਨੇ, ਜਿਹੜੇ ਆਮ ਪ੍ਰਾਈਵੇਟ ਪੇਸ਼ੈਂਟਸ ਦੇ ਲੈਂਸ ਪੈਂਦੇ ਆ, ਉਹੀ ਕੈਂਪ ਵਾਲੇ ਪੇਸ਼ੈਂਟ ਦੀ ਹਰੇਕ ਪ੍ਰਾਈਵੇਟ ਕੇਅਰ ਇਹਨਾਂ ਨੂੰ ਮਿਲਦੀ ਆ ਪ੍ਰੋਪਰ ਤਰ੍ਹਾਂ ਦੀ, ਅਤੇ ਸੇਮ ਹੀ ਆ ਸਾਰਾ ਕੁਛ। ਹਾਂਜੀ, ਕੀ ਮਤਲਬ ਜਿਹੜਾ ਆ ਜਿੱਦਾਂ ਸੋਸਾਇਟੀ ਆ ਕਾਫੀ ਵਧੀਆ ਕੰਮ ਕਰ ਰਹੀ ਆ, ਕੀ ਕਹਿਣਾ ਚਾਹੁੰਦੇ ਇਸ ਬਾਰੇ? ਬਸ ਜੀ ਇਸੇ ਤਰ੍ਹਾਂ ਕਰਦੇ ਰਹੋ, ਬਹੁਤ ਵਧੀਆ ਭਲੇ ਦਾ ਕੰਮ ਕਰ ਰਹੇ ਆ, ਅਤੇ ਸਾਰੇ ਨਾਲ ਹੈ ਤੁਹਾਡੇ, ਬਹੁਤ ਵਧੀਆ ਕੰਮ ਕਰ ਰਹੇ ਹਾਂ। ਥੈਂਕ ਯੂ। ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ ਤੁਹਾਡਾ ਨੇਮ? ਡਾਕਟਰ ਚਰਨਜੀਤ ਸਿੰਘ। ਸਰ ਜਿੱਦਾਂ ਕਿ ਇੱਥੇ ਜਿਹੜੇ ਕੈਂਪ ਲੱਗਾ ਹੋਇਆ ਆ ਅਤੇ ਲੋਕਾਂ ਦੀ ਮਦਦ ਲਈ ਲਗਾਇਆ ਗਿਆ, ਅਤੇ ਜਿਹੜੇ ਮਰੀਜ਼ ਆਉਂਦੇ ਨੇ ਕੀ ਆਪਣੀਆਂ ਪ੍ਰੋਬਲਮਸ ਲੈ ਕੇ ਆਉਂਦੇ? ਇਹਨਾਂ ਦੇ ਵਿੱਚ ਖਾਸ ਤੌਰ 'ਤੇ ਜ਼ਿਆਦਾਤਰ ਮਰੀਜ਼ਾਂ ਨੂੰ ਚਿੱਟਾ ਮੋਤੀਆਂ ਵਗੈਰਾ ਹੁੰਦਾ ਵਾ, ਜਿਹੜਾ ਆਪਣੀ ਅੱਖ ਦਾ ਇੱਕ ਲੈਂਸ ਹੁੰਦਾ ਵਾ। ਅਕੋਰਡਿੰਗ ਟੂ ਏਜ ਫੈਕਟ, ਜਿਵੇਂ ਪੇਸ਼ੈਂਟ ਦੀ 40-50 ਸਾਲ ਜਾਂ 60 ਸਾਲ ਦੀ ਉਮਰ ਹੋ ਜਾਵੇ, ਉਹ ਲੈਂਸ ਧੁੰਦਲਾ ਹੋ ਜਾਂਦਾ ਵਾ, ਉਹਨੂੰ ਆਪਾਂ ਚਿੱਟਾ ਮੋਤੀਆਂ ਕਹਿੰਦੇ ਹਾਂ ਜੀ। ਅਤੇ ਉਹ ਕੱਢ ਕੇ ਉਹਦੀ ਜਗ੍ਹਾ 'ਤੇ ਅਸੀਂ ਆਰਟੀਫਿਸ਼ਲ ਵਧੀਆ ਲੈਂਸ ਪਾ ਦਈਦਾ, ਫੋਲਡੇਬਲ ਲੈਂਸ, ਜਿਹਦੇ ਨਾਲ ਕਿ ਮਰੀਜ਼ ਨੂੰ ਉਸੇ ਟਾਈਮ ਵਧੀਆ ਦਿਸਣਾ ਸ਼ੁਰੂ ਹੋ ਜਾਂਦਾ ਅਤੇ ਨਿਗਾਹ ਬਹੁਤ ਵਧੀਆ ਬਣ ਜਾਂਦੀ। ਇਹ ਜਿਹੜੀ ਹੈ ਸੁਸਾਇਟੀ ਹੈਗੀ ਹੈ, ਹਰ ਸਾਲ ਹੀ ਬੜਾ ਵਧੀਆ ਇਹ ਉਪਰਾਲਾ ਕਰਦੀ ਹੈ, ਅੱਖਾਂ ਦੇ ਓਪਰੇਸ਼ਨ ਕੈਂਪ ਵੀ ਲਾਉਂਦੀ ਹੈ, ਗਰੀਬ ਲੜਕੀਆਂ ਦੇ ਵਿਆਹ ਵੀ ਕਰਦੇ ਨੇ, ਹੋਰ ਅਨਾਥ ਬੱਚਿਆਂ ਨੂੰ ਕਾਫੀ ਕੁਛ ਇਹ ਸਹਾਇਤਾ ਕਰਦੇ ਨੇ। ਤੋ ਇਹ ਬਹੁਤ ਹੀ ਬੜਾ ਵੱਡਾ ਭੱਲੇ ਦਾ ਕੰਮ ਹੈਗਾ, ਜਿਹਦੇ ਵਿੱਚ ਕਾਲੇ ਮੋਤੀਆਂ ਦੇ ਵੀ ਮਰੀਜ਼ ਆਉਂਦੇ ਨੇ, ਉਹਨਾਂ ਦੇ ਅਸੀਂ ਟੈਸਟ ਵਗੈਰਾ ਕਰਕੇ ਉਹਨਾਂ ਦਾ ਵੀ ਟ੍ਰੀਟਮੈਂਟ ਅਸੀਂ ਦਿੰਦੇ ਹਾਂ। ਬਾਕੀ ਨੇੜੇ ਦੀਆਂ ਐਨਕਾਂ ਹੁੰਦੀਆਂ ਨੇ, ਉਹ ਮਰੀਜ਼ ਨੂੰ 40 ਸਾਲ ਤੋਂ ਬਾਅਦ ਨੇੜੇ ਦੀ ਪੜ੍ਹਨ ਲਿਖਣ ਦੀ ਪ੍ਰੋਬਲਮ ਆਉਂਦੀ ਹੈ, ਉਹ ਅਸੀਂ ਉਹਨਾਂ ਨੂੰ ਐਨਕਾਂ ਦਿੰਦੇ ਹਾਂ ਵੀ ਤਾਂ ਕਿ ਉਹ ਵਧੀਆ ਆਪਣਾ ਨੇੜੇ ਦਾ ਕੋਈ ਸੁਈਸਾਈਡ ਦਾ ਕੰਮ ਜਾਂ ਕੋਈ ਬਰੀਕ ਪੜ੍ਹਨ ਲਿਖ ਸਕਦੇ ਨੇ ਉਸ ਦੇ ਨਾਲ। ਠੀਕ ਆ ਜੀ, ਬਾਕੀ ਇਹ ਬਹੁਤ ਵਧੀਆ ਉਪਰਾਲਾ ਹੈਗਾ ਇਹ ਪਰਮਾਤਮਾ ਦੀ ਕਿਰਪਾ ਦੇ ਨਾਲ, ਇਸੇ ਤਰ੍ਹਾਂ ਇਹਨਾਂ ਦੇ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਵੀ ਲੋਕ ਆਪਣੀ ਨਜ਼ਰ ਖੋਣ ਤੋਂ ਬਚ ਜਾਂਦੇ ਨੇ, ਉਹਨਾਂ ਨੂੰ ਉਸੇ ਟਾਈਮ ਵਧੀਆ ਦਿਸਣ, ਔਰ ਸਾਰੀ ਉਮਰ ਉਹ ਇਹਨਾਂ ਦੀ ਸੁਸਾਇਟੀ ਨੂੰ ਅਸੀਸਾਂ ਦਿੰਦੇ ਨੇ ਵੀ ਬਹੁਤ ਵਧੀਆ ਇਹ ਉਪਰਾਲਾ ਕਰਦੇ ਨੇ, ਔਰ ਸਾਰਾ ਸਾਲ ਵੇਟ ਕਰਦੇ ਨੇ ਵੀ ਜਦੋਂ ਕੈਂਪ ਲੱਗੇਗਾ ਅਸੀਂ ਉਸ ਕੈਂਪ ਵਿੱਚ ਜਾਵਾਂਗੇ ਅਤੇ ਚਿੱਟੇ ਮੋਤੀ ਦੇ ਜਿਹੜਾ ਓਪਰੇਸ਼ਨ ਅਸੀਂ ਲੈਂਸ ਪਵਾ ਕੇ ਸਾਡੀ ਨਿਗਾਹ ਵਧੀਆ ਹੋਇਆ। ਹੁਣ ਵੀ ਦੁਬਾਰਾ ਇੱਕ ਅੱਖ ਦੇ ਪਹਿਲਾਂ ਪਿਛਲੀ ਵਾਰ ਆਇਆ ਸੀ, ਹੁਣ ਉਹਨਾਂ ਦੀ ਦੂਜੀ ਅੱਖ ਦੇ ਵਿੱਚ ਵੀ ਮੋਤੀ ਆਇਆ ਹੋਇਆ ਹੋਇਆ ਸੀਗਾ, ਅਤੇ ਉਹਨਾਂ ਦਾ ਵੀ ਅੱਜ ਕੁਛ ਅਸੀਂ ਅੱਜ ਮਰੀਜ਼ਾਂ ਦੇ ਓਪਰੇਸ਼ਨ ਕਰਨੇ ਆ, ਕੁਛ ਕੱਲ੍ਹ ਕਰਨੇ ਨੇ, ਕੁਛ ਪਰਸੋਂ ਕਰਾਂਗੇ, ਇਸ ਤਰ੍ਹਾਂ ਅਸੀਂ ਥੋੜ੍ਹੇ ਥੋੜ੍ਹੇ ਮਰੀਜ਼ਾਂ ਦੇ ਅਸੀਂ ਜਿਹੜੇ ਓਪਰੇਸ਼ਨ ਉਹ ਕਰਦੇ ਹੈਗੇ ਹਾਂ, ਅਤੇ ਇੱਕ ਬਹੁਤ ਹੀ ਵਧੀਆ ਉਪਰਾਲਾ ਹੈਗਾ ਜੀ। ਅਤੇ ਜਿਹੜੇ ਮਰੀਜ਼ ਇੱਥੇ ਤੁਸੀਂ ਅਟੈਂਡ ਕਰਦੇ ਹਾਂ, ਜਿਹਨਾਂ ਦੇ ਓਪਰੇਸ਼ਨ ਕਰਨੇ ਹੁੰਦੇ, ਉਹਨਾਂ ਨੂੰ ਕੋਈ ਸਪੈਸ਼ਲ ਸਲਿੱਪ ਵਗੈਰਾ ਦਿੰਦੀ? ਕਿੱਦਾਂ ਤੁਹਾਨੂੰ ਪਤਾ ਲੱਗਦਾ ਆ ਕਿ ਇਹਨਾਂ ਦੇ? ਜਦੋਂ ਅਸੀਂ ਪੇਸ਼ੈਂਟ ਨੂੰ ਅਸੀਂ ਚੈੱਕ ਕਰਦੇ ਹਾਂ ਤਾਂ ਸਾਨੂੰ ਪਤਾ ਲੱਗ ਜਾਂਦਾ ਵੀ ਇਸ ਮਰੀਜ਼ ਨੂੰ ਚਿੱਟੇ ਮੋਤੀਆਂ ਦੀ ਪ੍ਰੋਬਲਮ ਹੈ, ਅਤੇ ਉਹਨੂੰ ਅਸੀਂ ਐਡਵਾਈਸ ਕਰਦੇ ਹਾਂ ਵੀ ਤੁਸੀਂ ਤੁਹਾਡਾ ਅੱਜ ਅਸੀਂ ਲੈਂਸ ਪਾ ਦਿੰਦੇ ਜਾਂ ਕੱਲ੍ਹ ਪਾਵਾਂਗੇ ਜਾਂ ਪਰਸੋਂ ਪਾਵਾਂਗੇ, ਉਹਦੇ ਨਾਲ ਤੁਹਾਡੀ ਨਿਗਾਹ ਵਧੀਆ ਬਣ ਜਾਏਗੀ। ਜੇ ਤੁਸੀਂ ਲੇਟ ਕਰਦੇ ਹੋ, ਕਈ ਵਾਰ ਮੋਤੀਆਂ ਬਹੁਤ ਜ਼ਿਆਦਾ ਪੱਕ ਜਾਂਦਾ ਵਾ, ਉਹਦੇ ਨਾਲ ਕਾਲਾ ਮੋਤੀਆਂ ਹੋ ਜਾਂਦਾ, ਅਤੇ ਮਰੀਜ਼ ਦੀ ਫਿਰ ਨਜ਼ਰ ਨਹੀਂ ਬਣਦੀ, ਅਤੇ ਇਸ ਕਰਕੇ ਅਸੀਂ ਉਹਨਾਂ ਨੂੰ ਜ਼ਿਆਦਾ ਫੋਰਸ ਇਸ ਲਈ ਕਰੀਦਾ ਵੀ ਤੁਸੀਂ ਲੈਂਸ ਪਵਾ ਲਓ ਅਤੇ ਤੁਹਾਡੀ ਸਾਰੀ ਉਮਰ ਬੜੀ ਵਧੀਆ ਦਿਸੇਗਾ ਤੁਹਾਨੂੰ, ਸਾਰੀ 100 ਸਾਲ ਦੀ ਲਾਈਫ ਹੁੰਦੀ ਲੈਂਸ ਦੀ, ਅਤੇ ਇਹਦੇ ਨਾਲ ਸਾਰੀ ਉਮਰ ਬਹੁਤ ਵਧੀਆ ਦਿਸਦਾ ਹੈ ਜੀ। ਅਤੇ ਜਿੱਦਾਂ ਅੱਜ ਕੱਲ੍ਹ ਜਿਹੜੇ ਬੱਚੇ ਆ ਉਹਨਾਂ ਦੀ ਜ਼ਿਆਦਾ ਨਿਗਾਹ 'ਤੇ ਜਿਹੜਾ ਇਫੈਕਟ ਪੈਂਦਾ ਪਿਆ ਆ, ਅਤੇ ਕੀ ਛੋਟੀ ਉਮਰ ਦੇ ਵੀ ਆਏ ਨੇ ਇੱਥੇ? ਛੋਟੇ ਬੱਚਿਆਂ ਦੇ ਵਿੱਚ ਜਿਹੜੀ ਉਮਰ ਹੈ ਦੂਰ ਦੀ ਨਜ਼ਰ ਉਹਨਾਂ ਦੀ ਘੱਟ ਜਾਂਦੀ ਆ, ਉਹ ਜ਼ਿਆਦਾ ਬੱਚੇ ਜ਼ਿਆਦਾ TV ਦੇਖਦੇ ਨੇ, ਕੋਲੋਂ ਬੈਠ ਕੇ ਦੇਖਦੇ ਨੇ, ਅਤੇ ਜਾਂ ਮੋਬਾਈਲ ਜ਼ਿਆਦਾ ਸਾਰੀ ਦਿਹਾੜੀ ਪੇਰੈਂਟਸ ਬੱਚਿਆਂ ਤੋਂ ਮੋਬਾਈਲ ਨਹੀਂ ਖੋਹਦੇ, ਉਹ ਮੋਬਾਈਲ ਯੂਜ਼ ਕਰਦੇ, ਉਹਦੇ ਨਾਲ ਜਿਹੜੇ ਅੱਜ ਕੱਲ੍ਹ ਦੀ ਜਨਰੇਸ਼ਨ ਆ ਉਹਨਾਂ ਦੀ ਦੂਰ ਦੀ ਨਜ਼ਰ ਕਾਫੀ ਘੱਟ ਰਹੀ ਹੈ। ਤੋ ਅਸੀਂ ਉਹਨਾਂ ਵਾਸਤੇ ਇਹੀ ਐਡਵਾਈਸ ਕਰਾਂਗੇ ਵੀ ਆਪਣੇ ਬੱਚਿਆਂ ਨੂੰ ਤੁਸੀਂ ਮੋਬਾਈਲ ਨੂੰ ਜ਼ਿਆਦਾ ਨਾ ਦੇਖਣ ਦਿਓ, ਬੱਚਿਆਂ ਨੂੰ ਜ਼ਿਆਦਾ TV ਨਾ ਦੇਖਣ ਦਿਓ, ਜਾਂ ਕਿ ਬੈਠ ਕੇ ਹੀ ਪੜ੍ਹਨ, ਲੇਟ ਕੇ ਨਾ ਪੜ੍ਹਨ, ਲੇਟ ਕੇ TV ਨਾ ਦੇਖਣ, ਉਹ ਅਸੀਂ ਬੱਚਿਆਂ ਨੂੰ ਸੁਜੈਸਟ ਕਰਦੇ ਹਾਂ ਵੀ ਤੁਸੀਂ ਇਸ ਤਰ੍ਹਾਂ ਕਰੋ, ਬਾਕੀ ਹਰੀਆਂ ਸਬਜ਼ੀਆਂ ਖਾਓ, ਦੁੱਧ, ਪਪੀਤਾ, ਔਲੇ ਦਾ ਮੁਰੱਬਾ ਵਗੈਰਾ ਇਹ ਚੀਜ਼ਾਂ ਲਓ, ਇਹਦੇ ਨਾਲ ਨਜ਼ਰ ਤੁਹਾਡੀ ਵਧੀਆ ਬਣੀ ਰਹਿੰਦੀ ਹੈ। ਅਤੇ ਬਾਕੀ ਜਿਹੜੇ ਪੇਸ਼ੈਂਟ OPD ਦੇ ਵਿੱਚ ਜਿਨ੍ਹਾਂ ਨੂੰ ਮੋਤੀਆਂ ਦੀ ਨਹੀਂ ਵੀ ਪ੍ਰੋਬਲਮ ਹੁੰਦੀ, ਉਹਨਾਂ ਨੂੰ ਅਸੀਂ ਵਧੀਆ ਮੈਡੀਸਨ ਦਿੰਦੇ ਹਾਂ, ਉਹ ਦਵਾਈ ਪਾਉਣ ਨਾਲ ਕਿ ਮਰੀਜ਼ਾਂ ਨੂੰ ਵਧੀਆ ਦਿਸਣਾ ਸਾਫ਼ ਸ਼ੁਰੂ ਹੋ ਜਾਂਦਾ ਜੀ। ਸਰ ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਅਤੇ ਬਹੁਤ ਵਧੀਆ ਲੱਗਾ ਸਾਨੂੰ, ਕਾਫੀ ਜਾਣਕਾਰੀ ਜਿਹੜੀ ਤੁਸੀਂ ਦਿੱਤੀ ਆ ਛੋਟੇ ਬੱਚਿਆਂ ਨਾਲ ਰਿਲੇਟਡ, ਤੁਸੀਂ ਕਾਫੀ ਜਾਣਕਾਰੀ ਦਿੱਤੀ ਆ, ਥੈਂਕ ਯੂ। ਥੈਂਕ ਯੂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਮੈਮ ਤੁਸੀਂ ਹੁਣੇ ਜਿੱਦਾਂ ਚੈੱਕਅਪ ਕਰਵਾ ਕੇ ਆਏ, ਡਾਕਟਰ ਨੇ ਕੀ ਕਿਹਾ ਤੁਹਾਨੂੰ? ਬਸ ਉਹਨਾਂ ਨੇ ਕਿਹਾ ਲਾਗੇ ਦੀ ਨਿਗਾਹ ਘੱਟ ਆ, ਐਨ ਦਵਾਈ ਦਿੱਤੀ ਆ 2 ਟਾਈਮ, ਕਹਿੰਦੇ ਪਾਇਆ ਕਰੋ ਅੱਖ 'ਚ ਡੇਲੀ, ਤਾਂ ਐਨਕ ਕਹਿੰਦੇ ਲੱਗੇਗੀ। ਇਹਦੀ ਐਨਕ ਜਿਹੜੀ ਆ ਤੁਹਾਨੂੰ ਫ੍ਰੀ ਮਿਲੀ ਆ? ਹਾਂਜੀ ਫ੍ਰੀ ਮਿਲੀ, ਬਿਲਕੁਲ। ਇੱਥੇ ਇੱਥੇ ਹੀ ਦੇ ਦਿੱਤੀ ਉਹਨਾਂ ਨੇ? ਹਾਂਜੀ
ਲੋਹੜੀਆਂ ਵੀ ਪੈਂਦੀਆਂ ਬੱਚੀਆਂ ਦੇ, ਉਹ ਵੀ ਵਿਆਹ ਹੁੰਦੇ ਆ, ਉਹ ਵੀ ਦੇਖੀਦੇ ਆ, ਸਾਰਾ ਕੁਛ ਕਰੀਦਾ, ਤਾਂ ਚੈੱਕਅਪ ਵੀ ਕਰਾ ਕੇ ਗਏ ਹਾਂ ਅੱਗੇ। ਅਤੇ ਮੈਮ, ਜਿੱਦਾਂ ਕਿ ਇਹ ਜਿਹੜੀ ਸੁਸਾਇਟੀ ਆ, ਉਹਨਾਂ ਦੇ ਜਿਹੜੇ ਸਰਪ੍ਰਸਤ ਨੇ ਪਿੰਦੂ ਚੌਲ ਜੀ, ਉਹ ਹਰ ਸਾਲ ਜਿਹੜੇ ਆ ਲੋਕ ਭਲਾਈ ਦੇ ਕਾਰਜ ਕਰਦੇ ਆ, ਲੋਕਾਂ ਦੀ ਸੇਵਾ ਕਰਦੇ ਨੇ, ਉਹਨਾਂ ਨੂੰ ਤੁਸੀਂ ਕੀ ਦੁਆ ਦੇਣਾ ਚਾਹੁੰਦੇ ਹੋ? ਜੀ, ਇਹੀ ਕਹਾਂਗੇ ਵੀ ਜਿਹੜੇ ਲੋਕਾਂ ਦਾ ਇੰਨੀ ਭਲਾ ਦਾ ਕੰਮ ਕਰਦੇ ਆ, ਪਰਮਾਤਮਾ ਉਹਨਾਂ ਨੂੰ ਖੂਬ ਤਰੱਕੀ ਬਖਸ਼ੇ, ਉਹਨਾਂ ਦੇ ਘਰ ਦੇ ਸਭ ਪਰਿਵਾਰ ਠੀਕ ਠਾਕ ਰੱਖੇ, ਉਹਨਾਂ ਦਾ ਕਾਰੋਬਾਰ 'ਚ ਵਾਧਾ ਹੋਵੇ, ਜਿਹੜਾ ਇੰਨਾ ਲੋਕ ਭਲਾਈ ਦੇ ਕੰਮ ਕਰ ਰਹੇ ਆ। ਇਹਨਾਂ ਗੁਰਮੁਖ ਜੋਲ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਨਗਰ ਦੇ ਵਿੱਚ ਆਪਣੇ ਇਹ ਕੈਂਪ ਖੋਲ੍ਹਿਆ। ਉਦੋਂ ਬਾਅਦ ਪਿੰਡ ਜੋਲ ਦਾ ਕਿਉਂ ਨੇ ਲੜਕੀ ਨਹੀਂ ਹੋਈ, ਮੈਂ ਬਹੁਤ ਧੰਨਵਾਦ ਕਰਦਾ ਕਿ ਨਗਰਾਂ ਦੇ ਵਿੱਚ ਇਸੇ ਤਰ੍ਹਾਂ ਸੰਬੰਧ ਰੱਖਣ, ਗਰੀਬ ਗੁਰਬ ਦੋਈਆਂ ਲੈਂਦੇ ਹੈ। ਲਓ ਜੀ, ਤੁਸੀਂ ਇਦੋਂ ਬਾਅਦ ਗੱਲ ਕਰੋ, ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹਨਾਂ ਦਾ। ਤੁਹਾਨੂੰ ਦੱਸ ਦਈਏ ਕਿ ਇੱਥੇ ਛੋਟੇ ਜਿਹੜੇ ਬੱਚੇ ਆ ਉਹ ਵੀ ਆਏ ਹੋਏ ਨੇ ਆਪਣਾ ਚੈੱਕਅਪ ਜਿਹੜਾ ਆ ਅੱਖਾਂ ਦਾ ਕਰਵਾਉਣ ਵਾਸਤੇ, ਗੱਲ ਕਰਦੇ ਹਾਂ। ਹੈਲੋ ਬੇਟਾ, ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਤੁਸੀਂ ਵੀ ਇੱਥੇ ਚੈੱਕਅਪ ਕਰਵਾਉਣ ਆਏ ਸੀ? ਹਾਂਜੀ ਮੈਮ। ਅਤੇ ਡਾਕਟਰ ਨੇ ਕੀ ਕਿਹਾ ਫਿਰ? ਕਹਿੰਦੇ ਥੋੜ੍ਹੀ ਨਿਗਾਹ ਘੱਟ ਆ। ਓਕੇ, ਅਤੇ ਉਹਨਾਂ ਨੇ ਫਿਰ ਹੋਰ ਸੁਜੈਸਟ ਕੀ ਕੀਤਾ ਆ ਵੀ, ਮਤਲਬ ਕੀ ਤੁਹਾਨੂੰ ਸਾਵਧਾਨੀਆਂ ਵਰਤਣ ਨੂੰ ਕਿਹਾ? ਥੋੜ੍ਹਾ ਕਹਿੰਦੇ ਪੜ੍ਹਨ ਵਿੱਚ ਵੀ ਥੋੜ੍ਹਾ ਨਿਗਾਹ ਘੱਟ ਲਵਾਓ ਅਤੇ ਟਾਈਮ ਟਾਈਮ 'ਤੇ ਥੋੜ੍ਹੀ ਸਟੱਡੀ ਕਰੋ। ਬਾਕੀ ਕਹਿੰਦੇ ਐਨਕ ਤੋਂ ਥੋੜ੍ਹੀ ਹੈਗੀ ਆ ਵੀ ਉੱਥੋਂ ਹੋਸਪਿਟਲ ਤੋਂ ਲੱਗੂ। ਮੈਮ, ਤੁਸੀਂ ਵੀ ਇੱਥੇ ਜਿਹੜੇ ਆ ਚੈੱਕਅਪ ਕਰਵਾਉਣ ਵਾਸਤੇ ਆਏ ਹੋ? ਹਾਂਜੀ। ਅਤੇ ਡਾਕਟਰ ਨੇ ਕੀ ਕਿਹਾ ਤੁਹਾਨੂੰ? ਡਾਕਟਰ ਨੇ ਹੁਣ ਦਿਖਾ ਲਿਆ, ਉਹ ਕਹਿੰਦੇ ਵੀ ਮੈਂ ਲੈਂਚ ਪਵਾਇਆ ਆ, ਉਹ ਕਹਿੰਦੇ ਸਾਫ਼ ਹੋਣਾ ਆ ਵੀ ਦੂਜਾ ਉੱਤੇ ਹੈ ਨਾ ਜਾਲਾ ਜਿਹਾ ਆ ਗਿਆ ਆ। ਅਤੇ ਬਹੁਤ ਧੰਨਵਾਦ ਕਰਦੀ ਹਾਂ ਵੀ ਜਿਹੜਾ ਇੱਦਾਂ ਕੈਂਪ ਲਾਏ ਆ, ਹੈਂ, ਗਰੀਬਾਂ ਵਾਸਤੇ, ਅਤੇ ਉਹਨਾਂ ਦੇ ਬੱਚੇ ਰਾਜ਼ੀ ਰਹਿਣ, ਹੈਂ, ਮਾਲਕ ਉਹਨਾਂ ਨੂੰ ਬਹੁਤਾ ਦੇਵੇ ਜਿਹੜੇ ਗਰੀਬਾਂ ਦਾ ਸੋਚਦੇ ਆ। ਜਿਨ੍ਹਾਂ ਨੇ ਇਹ ਕੈਂਪ ਲਗਵਾਇਆ ਆ, ਸਤਨਾਮ ਸਿੰਘ ਬਾੜਾ ਅਤੇ ਪਿੰਦੂ ਚੌਲ ਜੀ ਨੇ, ਤਾਂ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਨੂੰ ਤੁਸੀਂ ਕੀ ਦੁਆ ਦੇਣਾ ਚਾਹੁੰਦੇ? ਉਹਨਾਂ ਅਸੀਂ ਕਹਿੰਦੇ ਬਹੁਤ ਧੰਨਵਾਦ ਉਹਨਾਂ ਦਾ, ਉਹਨਾਂ ਨੂੰ ਬਹੁਤ ਬਹੁਤ ਦੇਵੇ ਮਾਲਕ, ਉਹਨਾਂ ਦੇ ਬੱਚੇ ਰਾਜ਼ੀ ਰਹਿਣ, ਉਹਨਾਂ ਨੂੰ ਇਦੋਂ ਵੀ ਜ਼ਿਆਦਾ ਉੱਚੇ ਕਰਨ ਜਿਹੜਾ ਗਰੀਬਾਂ ਦਾ ਸੋਚਦੇ ਆ। ਸਾਡੇ ਵਾਸਤੇ, ਗਰੀਬਾਂ ਵਾਸਤੇ ਅਸੀਂ ਮਰਥੜ ਭਰ ਕੇ ਨਹੀਂ ਦੁਆ ਲੈ ਸਕਦੇ, ਨਾ ਐਨਕਾਂ ਦੁਆ ਸਕਦੇ ਹਾਂ, ਹਜ਼ਾਰਾਂ ਦੀਆਂ ਐਨਕਾਂ ਲੱਗਦੀਆਂ, ਹੈ ਨਾ। ਆ ਬਹੁਤ ਧੰਨਵਾਦ ਕਰਦੇ ਉਹਨਾਂ ਦੀ ਜਿਹੜਾ ਸਾਡੇ ਕੈਂਪ ਲਾਉਂਦੇ ਆ, ਗਰੀਬਾਂ ਵਾਸਤੇ ਇੰਨਾ ਪਰਿਵਾਰ ਕਰਦੇ ਆ। ਹੁਣ ਲੜਕੀਆਂ ਦੇ ਵਿਆਹ ਵੀ ਆ ਜੀ, ਲੋਹੜੀਆਂ ਵੀ ਆ, ਇੱਕ ਕੰਮ ਥੋੜ੍ਹਾ ਬਹੁਤ ਕਰਦਾ ਆ, ਮੈਨੂੰ ਰੱਬ ਬਹੁਤਾ ਦੇਵੇ। ਪਹਿਲਾਂ ਤਾਂ ਹੁਣ ਅਸੀਂ ਗੱਲ ਕਰਦੇ ਹਾਂ ਜਿਹੜੀ ਟੀਮ ਇੱਥੇ ਪਹੁੰਚੀ ਹੋਈ ਆ ਉਹਨਾਂ ਦੇ ਜਿਹੜੇ ਮੈਂਬਰ ਨੇ ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਮੈਮ, ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਜਿੱਦਾਂ ਇਹ ਕੈਂਪ ਆ, ਕੱਲ੍ਹ ਵੀ ਲੱਗਾ ਸੀ, ਹੁਣ ਵੀ ਲੱਗਾ, ਅੱਜ ਵੀ ਲੱਗਾ ਹੋਇਆ ਆ, ਅਤੇ ਕਿੰਨੇ ਕੁ ਜਿਹੜੇ ਆ ਮਰੀਜ਼ ਆ ਜਿਹੜੇ ਹੁਣ ਤੱਕ ਜਿਹੜੇ ਆ ਪਹੁੰਚ ਕਰ ਚੁੱਕੇ ਨੇ? ਹਾਂਜੀ, ਹੁਣ ਤੱਕ ਨਾ 250 ਮਰੀਜ਼ ਆ ਚੁੱਕੇ ਨੇ ਇੱਥੇ, 250 ਮਰੀਜ਼ਾਂ ਨੂੰ ਅਸੀਂ ਐਨਕਾਂ ਦੇ ਚੁੱਕੇ ਹਾਂ ਫ੍ਰੀ ਵਿੱਚ। ਅਤੇ ਜਿੱਦਾਂ ਇੱਥੇ ਨੰਬਰ ਜਿਹੜਾ ਚੈੱਕਅਪ ਕਰਕੇ ਇੱਥੇ ਦੱਸ ਦਿੱਤਾ ਜਾਂਦਾ ਹੈ ਕਿ ਨੰਬਰ ਕਿਹੜੇ ਨੰਬਰ ਦੀ ਜਿਹੜੀ ਮਰੀਜ਼ ਨੂੰ ਐਨਕ ਦੇਣੀ ਹੈ? ਹਾਂਜੀ, ਇੱਥੇ ਪਹਿਲਾਂ ਡਾਕਟਰ ਸਾਹਿਬ ਚੈੱਕ ਕਰਦੇ ਆ, ਉਹੀ ਨੰਬਰ ਦੀਆਂ ਐਨਕਾਂ ਅਸੀਂ ਦਿੰਦੇ ਹਾਂ ਫ੍ਰੀ ਵਿੱਚ। ਅਤੇ ਜਿਹੜੇ ਓਪਰੇਸ਼ਨ ਆ, ਕਈ ਜਿਹੜੇ ਆ ਮਰੀਜ਼ ਆ ਉਹਨਾਂ ਨੂੰ ਓਪਰੇਸ਼ਨ ਜਿਹੜੇ ਆ ਉਹ ਕਿਹਾ ਜਾਂਦਾ ਆ, ਉਹ ਉਹਦਾ ਕੀ ਪ੍ਰੋਸੀਜਰ ਆ? ਹਾਂਜੀ, ਜਿਨ੍ਹਾਂ ਦਾ ਓਪਰੇਸ਼ਨ ਹੁੰਦਾ ਉਹਨਾਂ ਨੂੰ ਸੁਜੈਸਟ ਕੀਤਾ ਜਾਂਦਾ ਉਹ ਹੋਸਪਿਟਲ, ਠੀਕ ਹੈ, ਇੱਥੋਂ ਹੀ ਸਾਡੀ ਬੱਸ ਜਾਂਦੀ ਹੈ ਅਤੇ ਉਹ ਹੋਸਪਿਟਲ ਹੀ ਪਹੁੰਚਦੇ, ਉੱਥੇ ਫ੍ਰੀ ਉਹਨਾਂ ਦਾ ਓਪਰੇਸ਼ਨ ਹੁੰਦਾ ਹੈ। ਅਤੇ ਜਿਹੜੀਆਂ ਇੱਥੇ ਸਪੈਕਸ ਕਾਫੀ ਅਲੱਗ ਅਲੱਗ ਨੰਬਰ ਦੀਆਂ ਪਈਆਂ ਹੋਈਆਂ? ਹਾਂਜੀ, ਅਲੱਗ ਅਲੱਗ ਨੰਬਰ ਦੀਆਂ, ਇੱਕ ਨੰਬਰ ਦੀ ਹੈ ਜਿਵੇਂ ਕਿ 2, 3, 4 ਨੰਬਰ ਦੀ ਹੈ, 1.5 ਨੰਬਰ ਦੀ ਹੈ, 2.5 ਨੰਬਰ ਦੀ ਹੈ। ਅਤੇ ਛੋਟੀ ਉਮਰ ਦੇ ਬੱਚੇ ਵੀ ਇੱਥੇ ਆਉਂਦੇ ਨੇ ਚੈੱਕਅਪ ਵਾਸਤੇ? ਹਾਂਜੀ, ਛੋਟੀ ਉਮਰ ਦੇ ਵੀ ਬੱਚੇ ਆਉਂਦੇ ਆ, ਉਹਨਾਂ ਨੂੰ ਹੋਸਪਿਟਲ ਹੀ ਸੁਜੈਸਟ ਕਰੀਦੇ। ਅਤੇ ਜਿੱਦਾਂ ਹੁਣ ਇਹ ਸੰਸਥਾ ਆ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਲੋਕਾਂ ਦੀ ਆ ਹੈਲਪ ਕਰ ਰਹੀ ਆ, ਫ੍ਰੀ ਚੈੱਕਅਪ ਜਿਹੜਾ ਆ ਲਗਵਾਇਆ ਜਾ, ਚੈੱਕਅਪ ਕੈਂਪ ਜਿਹੜੇ ਲਗਵਾਏ ਜਾਂਦੇ ਆ, ਅਤੇ ਕੀ ਕਹਿਣਾ ਚਾਹੁੰਦੇ ਹੋ ਸੰਸਥਾ ਦੇ ਬਾਰੇ? ਹਾਂਜੀ, ਇਹ ਸੰਸਥਾ ਦਾ ਮੈਂ ਪਹਿਲਾਂ ਤਾਂ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਇਹਨਾਂ ਨੇ ਪਿਛਲੀ ਵਾਰ ਵੀ ਕੈਂਪ ਲਗਵਾਇਆ ਸੀ, ਇਸ ਵਾਰ ਵੀ ਲਗਵਾਇਆ, ਕਾਫੀ ਪੇਸ਼ੈਂਟ ਆਉਂਦੇ ਆ, ਕਾਫੀ ਸਾਡੀ ਧੰਨਵਾਦ ਕਰਦੇ ਆ ਡਾਕਟਰ ਸਾਹਿਬ ਦਾ, ਸਾਡਾ ਵੀ। ਅਤੇ ਮੈਮ, ਜਿੱਦਾਂ ਹੁਣ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਜਿਹੜੀ ਅੱਜ ਕੱਲ੍ਹ ਜਿਹੜੇ ਬੱਚੇ ਆ ਉਹ ਜ਼ਿਆਦਾ ਜਿੱਦਾਂ ਕਰ ਰਹੇ ਆ ਆਪਣੇ ਫੋਨ ਵਗੈਰਾ, ਟੀ ਵੀ ਵਗੈਰਾ ਯੂਜ਼ ਕਰਦੇ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਨੂੰ ਇਹੀ ਸੁਜੈਸ਼ਨ ਦੇਣਾ ਚਾਹੁੰਦੇ ਹਾਂ ਕਿ ਉਹ ਆਪਣਾ ਫੋਨ ਵਗੈਰਾ ਜਾਂ ਟੀ ਵੀ ਵਗੈਰਾ ਘੱਟ ਦੇਖਣ ਤਾਂ ਜੋ ਉਹਨਾਂ ਦੀ ਆਈਸ ਠੀਕ ਰਹਿਣ। ਮੈਮ, ਤੁਸੀਂ ਇੱਥੇ ਚੈੱਕਅਪ ਲਈ ਆਏ ਹੋਏ ਹੋ, ਕੀ ਕਹਿਣਾ ਚਾਹੁੰਦੇ ਤੁਹਾਨੂੰ ਜਿਹੜੇ ਡਾਕਟਰ ਆ ਉਹਨਾਂ ਨੇ ਕੀ ਕਿਹਾ? ਵਧੀਆ ਕਰਦੇ ਆ, ਕਹਿੰਦੇ ਇੱਥੇ ਦਿਖਾ ਲਿਆ ਕਰੋ, ਵਧੀਆ ਆ। ਅਤੇ ਤੁਹਾਨੂੰ ਹੁਣ ਜਿੱਦਾਂ ਤੁਸੀਂ ਸਪੈਕਸ ਹੱਥ ਵਿੱਚ ਫੜੀ ਹੋਈ ਕਿ ਤੁਹਾਨੂੰ ਇੱਥੋਂ ਮਿਲੀ ਆ? ਹਾਂਜੀ, ਇੱਥੋਂ ਮਿਲੀ ਆ। ਅਤੇ ਕੀ ਕਿਹਾ ਡਾਕਟਰ ਨੇ? ਡਾਕਟਰ ਕਹਿੰਦੇ ਆ ਵੀ ਤੁਸੀਂ ਐਨਕ ਲੈ ਲਵੋ, ਨਹੀਂ ਤਾਂ ਲੈਂਚ ਪਵਾ ਲਵੋ। ਮੈਂ ਕਿਹਾ ਮੈਂ ਹੁਣ ਪਵਾਉਣੇ ਨਹੀਂ ਹੈਗੇ, ਬਾਅਦ 'ਚ ਪਵਾ ਲਉਂਗੀ।
ਵੀ ਮੈਨੂੰ ਠੀਕ ਆ। ਅਤੇ ਇੱਥੇ ਕਾਫੀ ਟਾਈਮ ਤੋਂ ਜਿੱਦਾਂ ਹੁਣ ਜਿਹੜੀ ਇਹ ਸੰਸਥਾ ਆ ਇਹ ਕਾਫੀ ਟਾਈਮ ਤੋਂ ਜਿਹੜਾ ਆ ਇਹ ਫ੍ਰੀ ਚੈੱਕਅਪ ਕੈਂਪ ਜਿਹੜਾ ਲਗਵਾਇਆ ਜਾਂਦਾ ਆ, ਤੁਸੀਂ ਪਹਿਲੀ ਵਾਰ ਪਹੁੰਚੇ ਹੋ? ਨਹੀਂ, ਮੈਂ ਅੱਗੇ ਵੀ ਆਉਂਦੇ ਹਾਂ। ਹਾਂਜੀ, ਅਤੇ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਕਿ ਹੁਣ ਜਿਹੜੇ ਇਹਦੇ ਸਰਪ੍ਰਸਤ ਨੇ ਸਤਨਾਮ ਸਿੰਘ ਬਾੜਾ ਜੀ ਅਤੇ ਬਿੰਦੂ ਚੌਲ ਜੀ, ਫ੍ਰੀ ਦੇ ਵਿੱਚ ਜਿਹੜੇ ਆ ਲੋਕਾਂ ਦੀ ਭਲਾਈ ਕਰ ਰਹੇ ਨੇ, ਗਰੀਬ ਲੋਕਾਂ ਦੀ ਜਿਹੜੀ ਸੇਵਾ ਕਰ ਰਹੇ ਨੇ, ਕੀ ਦੁਆ ਦੇਣਾ ਚਾਹੁੰਦੇ ਹੋ, ਕੀ ਕਹਿਣਾ ਚਾਹੁੰਦੇ ਹੋ? ਮਹਾਰਾਜ ਵੱਡੀ ਉਮਰ ਕਰੇ ਪਰਮਾਤਮਾ, ਤੰਦਰੁਸਤੀ ਦੇਵੇ ਇਹਨਾਂ ਨੂੰ, ਵੱਡੇ ਵੱਡੇ ਕਮਰਾਂ ਕਰੇ, ਇਹਨੇ ਬਹੁਤ ਕਰਦੇ ਗਰੀਬਾਂ ਦਾ ਸੇਵਾ ਕਰਦੇ ਆ, ਮਹਾਰਾਜ ਇਹਨਾਂ ਨੂੰ ਜ਼ਿਆਦਾ ਦੇਵੇ ਪਰਮਾਤਮਾ। ਹਾਂਜੀ, ਆਓ ਹੁਣ ਅਸੀਂ ਗੱਲ ਕਰਦੇ ਹਾਂ ਜਿਹੜੇ ਮਰੀਜ਼ ਇੱਥੇ ਚੈੱਕਅਪ ਲਈ ਆਏ ਹੋਏ ਨੇ, ਚੈੱਕਅਪ ਅਜੇ ਕਰਵਾਇਆ ਨਹੀਂ ਆ, ਕਰਵਾਉਣ ਲਈ ਆਏ ਹੋਏ ਨੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ ਮੈਮ, ਤੁਸੀਂ ਚੈੱਕਅਪ ਕਰਵਾਉਣ ਆਏ ਹੋ? ਹਾਂਜੀ। ਤੁਹਾਨੂੰ ਕੀ ਪ੍ਰੋਬਲਮ ਆ ਰਹੀ ਆ ਅੱਖਾਂ ਦੇ ਰਿਲੇਟਡ? ਸਾਡੀ ਨਿਗਾਹ ਘੱਟ ਹੈ ਨੇੜੇ ਵਾਲੀ। ਅਤੇ ਜਿੱਦਾਂ ਕਿ ਜਿਹੜਾ ਆ ਇਹ ਸੰਸਥਾ ਆ ਇੱਥੇ ਫ੍ਰੀ ਚੈੱਕਅਪ ਕੈਂਪ ਜਿਹੜਾ ਲਗਵਾਉਂਦੀ ਆ ਅਤੇ ਹਰ ਸਾਲ ਲਗਵਾਉਂਦੀ ਆ, ਕੀ ਕਹਿਣਾ ਚਾਹੁੰਦੇ ਇਸ ਬਾਰੇ? ਬਹੁਤ ਵਧੀਆ ਆ, ਨਿਗਾਹ ਚੈੱਕ ਕਰਦੇ ਆ, ਬਹੁਤ ਵਧੀਆ ਕੰਮ ਕਰਦੇ ਆ। ਮਤਲਬ ਤੁਸੀਂ ਪਹਿਲਾਂ ਵੀ ਇੱਥੇ ਆ ਚੁੱਕੇ ਹੋ? ਪਹਿਲੀ ਵਾਰ? ਹਾਂਜੀ। ਕਿਵੇਂ ਪਤਾ ਲੱਗਿਆ ਕਿ ਇੱਥੇ ਕੈਂਪ ਲੱਗਾ ਹੋਇਆ ਆ? ਨੇੜੇ ਹੀ ਆ, ਸਾਡੇ ਪਤਾ ਲੱਗ ਕੇ ਆਉਂਦੀਆਂ। ਓਕੇ, ਅਤੇ ਮੈਮ ਇਹ ਦੱਸ ਜਿੱਦਾਂ ਹੁਣ ਜਿਹੜੇ ਬਿੰਦੂ ਚੌਲ ਜੀ ਸਤਨਾਮ ਸਿੰਘ ਬਾੜਾ ਜੀ ਆ ਜਿਨ੍ਹਾਂ ਦੀ ਸਰਪ੍ਰਸਤੀ ਵਿੱਚ ਇਹ ਕੈਂਪ ਲਗਾਇਆ ਜਾਂਦਾ ਹੈ, ਉਹਨਾਂ ਦੀ ਅਗਵਾਈ ਵਿੱਚ ਲਗਵਾਇਆ ਜਾਂਦਾ ਹੈ ਲੋਕਾਂ ਦੀ ਫ੍ਰੀ ਸਾਰਾ ਕੁਛ ਹੈ ਲੋਕਾਂ ਦੇ ਲਈ ਇਹ, ਅਤੇ ਕੀ ਦੁਆ ਦੇਣਾ ਚਾਹੁੰਦੇ ਉਹਨਾਂ ਨੂੰ? ਅਸੀਂ ਦੁਆ ਇਹੀ ਦਿੰਦੇ ਹਾਂ ਵੀ ਕਿਰਪਾ ਕਰ ਇੱਦਾਂ ਹੀ ਇਹਨਾਂ ਦਾ ਕੰਮ ਵਧੀਆ ਰਹੇ, ਲੋਕਾਂ ਦੀ ਸਹਾਇਤਾ ਕਰਦੇ ਆ, ਗਰੀਬ ਬੱਚੀਆਂ ਦੇ ਵਿਆਹ ਵੀ ਕਰਦੇ ਆ, ਲੋਹੜੀ ਵੀ ਪਾਉਂਦੇ ਆ, ਵਧੀਆ ਕੰਮ ਕਰਦੇ ਆ, ਹੋਰ ਮਹਾਰਾਜ ਤਰੱਕੀ ਬਖਸ਼ੇ ਇਹਨਾਂ ਨੂੰ। ਸੋ ਆਓ ਹੁਣ ਅਸੀਂ ਗੱਲ ਕਰਦੇ ਹਾਂ ਇਸ ਸੰਸਥਾ ਦੇ ਚੇਅਰਮੈਨ ਹਰਦੀਪ ਸਿੰਘ ਤੱਗੜ ਜੀ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਪਹਿਲਾਂ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਇਹ ਜਿਹੜੀ ਸੰਸਥਾ ਆ ਕਿੰਨੇ ਟਾਈਮ ਤੋਂ ਜਿਹੜਾ ਇਹ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ? ਇਹ 10-12 ਸਾਲਾਂ ਤੋਂ ਜਿਹੜੇ ਸਮਾਜ ਸੇਵਾ ਦੇ ਕਾਰਜ ਕਰਦੇ ਆ ਰਹੇ ਹਾਂ, ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ UK ਦੇ ਸਰਪ੍ਰਸਤ ਸਰਦਾਰ ਸਤਨਾਮ ਸਿੰਘ ਵਾੜਾ ਅਤੇ ਬਿੰਦੂ ਚੌਲ ਵੱਲੋਂ। ਇਹਨਾਂ ਦੋਹਾਂ ਵੱਲੋਂ ਇੱਕ ਸੁਪਨਾ ਲਿਆ ਗਿਆ ਸੀ ਵੀ ਇਲਾਕੇ ਭਰ ਦੇ ਵਿੱਚ ਜਿੰਨੇ ਵੀ ਜ਼ਰੂਰਤਮੰਦ ਪਰਿਵਾਰ ਆ, ਚਾਹੇ ਉਹਨਾਂ ਦੀਆਂ ਅੱਖਾਂ ਬਣਾਉਣੀਆਂ ਹੋਣ, ਖੂਨਦਾਨ ਕੈਂਪ ਕਰਨੇ ਹੋਣ, ਹੋਰ ਵੀ ਜਿਹੜੇ ਇੱਥੇ ਹਰ ਹਫ਼ਤੇ ਮੈਡੀਕਲ ਡਿਸਪੈਂਸਰੀ ਚਲਾਈ ਜਾ ਰਹੀ ਆ ਪਿੰਡ ਭਾਣੂਕੀ ਅਤੇ ਘੋੜਕਾ ਦੇ ਵਿੱਚ, ਹਰ ਸਾਲ ਜ਼ਰੂਰਤਮੰਦ ਬੱਚੇ ਨੇ ਆਨੰਦ ਕਾਰਜ ਕੀਤੇ ਜਾਂਦੇ ਆ, ਕਿਸੇ ਵੀ ਜ਼ਰੂਰਤਮੰਦ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੁੰਦੀ ਹੈ ਤਾਂ ਉਹ ਸੰਸਥਾ ਦੀ ਮਦਦ ਲੈ ਕੇ ਆਪਣਾ ਜਿਹੜਾ ਕਿ ਹੱਲ ਕਰਦੇ ਆ। ਇਸ ਸਾਲ ਵੀ ਹਰ ਸਾਲ ਦੀ ਤਰ੍ਹਾਂ ਅਸੀਂ 3-4 ਤਰੀਕ ਨੂੰ ਪਹਿਲਾਂ ਅੱਖਾਂ ਦੇ ਕੈਂਪ ਲਾਏ, 5 ਤਰੀਕ ਨੂੰ ਕੱਲ੍ਹ ਨੂੰ ਇੱਥੇ ਜੌਲ ਫਾਰਮ 'ਤੇ ਖੂਨਦਾਨ ਕੈਂਪ ਲਗਾਇਆ ਜਾਣਾ, 7 ਜਨਵਰੀ ਨੂੰ ਇੱਥੇ ਜ਼ਰੂਰਤਮੰਦ ਬੱਚਿਆਂ ਨੇ ਆਨੰਦ ਕਾਰਜ ਕਰਨੇ ਆ, ਅਤੇ 8 ਤਰੀਕ ਨੂੰ ਜਿਹੜਾ ਕਿ ਲੋਹੜੀ 1100 ਧੀਆਂ ਦੀ ਲੋਹੜੀ ਪਾਈ ਜਾਣੀ ਆ। ਸੋ ਅਸੀਂ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਪ੍ਰੋਗਰਾਮ ਵਿੱਚ ਅਹਿਮ ਯੋਗਦਾਨ ਪਾਉਂਦੇ ਆ, ਖਾਸ ਤੌਰ 'ਤੇ ਅਮਰੀਕ ਸੈਣੀ UK ਅਤੇ ਨਿੱਕ ਮਸਾਣੀ UK, ਇਹ ਵੀ ਇੰਗਲੈਂਡ ਤੋਂ ਖਾਸ ਤੌਰ 'ਤੇ ਹਰ ਵਾਰ ਆਉਂਦੇ ਆ, ਤਰਲੋਚਨ ਸਿੰਘ ਜੌਲ ਚਾਚਾ ਜੀ, ਬੱਬੀ ਜੌਲ, ਅਨੂਪ ਕੌਸ਼ਲ, ਰਿੰਕੂ ਸੁੱਖਾ ਬਾਹੋਵਾਲ, ਹੋਰ ਵੀ ਜਿੰਨੇ ਸਾਡੇ ਸਪੋਰਟਰ ਆ ਜਿਹੜੇ ਬਾਹਾਂ ਬਣ ਕੇ ਇੱਥੇ ਖੜ੍ਹਦੇ ਆ ਬਿੰਦੂ ਜੌਲ ਦੀਆਂ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਅਤੇ ਇਲਾਕਾ ਵਾਸੀਆਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਆਪਣੇ ਕੰਮ ਛੱਡ ਕੇ ਇਹਨਾਂ ਦਿਨਾਂ ਦੇ ਵਿੱਚ ਜ਼ਰੂਰ ਆਓ। ਜਿਹੜੀਆਂ ਨਵਜੰਮੀ ਬੱਚੀਆਂ ਧੀਆਂ ਆ, ਖਾਸ ਤੌਰ 'ਤੇ ਦੱਸਣਾ ਚਾਹਾਂਗੇ ਕਿ ਇੱਥੇ ਪੰਜਾਬ ਦੀ ਵੱਡੀ ਸਿਆਸਤ ਲੀਡਰਸ਼ਿਪ ਵੀ ਇੱਥੇ ਪਹੁੰਚ ਰਹੀ ਆ ਧੀਆਂ ਨੂੰ ਆਸ਼ੀਰਵਾਦ ਦੇਣ ਲਈ, ਪੰਜਾਬ ਦੇ ਖਾਸ ਤੌਰ 'ਤੇ ਬਾਰਸ ਬ੍ਰਦਰ ਮਨਮੋਹਨ ਬਾਰਸ ਹੋਣੀ, ਭਾਜੀ ਹੋਣੀ, ਕਮਲ ਭਾਜੀ ਹੋਣੀ, ਸਾਰੇ ਇੱਥੇ ਆ ਰਹੇ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਇਸ ਲੋਹੜੀ ਦੇ ਵਿੱਚ। ਹੋਰ ਵੀ ਇਹਨਾਂ ਤੋਂ ਬਿਨਾਂ ਬਹੁਤ ਪੰਜਾਬ ਦੇ ਉੱਭਰਦੇ ਗਾਇਕ ਜਿਹੜੇ ਭਰਾ ਸਾਡੇ ਇੱਥੇ ਆ ਰਹੇ ਆ। ਸੋ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਜ਼ਰੂਰ ਹਾਜ਼ਰੀ ਲਵਾਓ। ਧੰਨਵਾਦ ਸਰ। ਇੱਥੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਤਾਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਇੱਥੇ ਉਹਨਾਂ ਦੇ ਲਈ ਨਾਸ਼ਤੇ ਦਾ ਵੀ ਜਿਹੜਾ ਆ ਇੰਤਜ਼ਾਮ ਕੀਤਾ ਗਿਆ ਹੈ। ਸਿਰਫ ਇਲਾਜ ਹੀ ਨਹੀਂ, ਇਸ ਸੰਸਥਾ ਦੇ ਵੱਲੋਂ ਉਹਨਾਂ ਦੇ ਪ੍ਰੋਪਰ ਪ੍ਰਬੰਧ ਕੀਤੇ ਗਏ ਆ। ਜਿਹੜੇ ਇੱਥੇ ਮਰੀਜ਼ ਪਹੁੰਚਣ ਵਾਲੇ ਨੇ, ਆਸ ਪਾਸ ਦੇ ਲੋਕਾਂ ਦੇ ਜਿਹੜੇ ਪਿੰਡਾਂ ਦੇ ਲੋਕ ਆ ਉਹ ਪਹੁੰਚਦੇ ਨੇ, ਤਾਂ ਉਹਨਾਂ ਦੇ ਲਈ ਖਾਣ ਪੀਣ ਦਾ ਵੀ ਇੱਥੇ ਪ੍ਰੋਪਰ ਇੰਤਜ਼ਾਮ ਕੀਤਾ ਹੋਇਆ ਹੈ। ਸੋ ਅੱਜ ਅਸੀਂ ਪਹੁੰਚੇ ਸੀ ਜੀ ਪਿੰਡ ਕੁੜਕਾਂ, ਜਿੱਥੇ ਕਿ ਜੌਲ ਫਾਰਮ ਵਿਖੇ ਵਰਲਡ ਵਾਈਡ ਸਕੋਪ ਵੈਲਫੇਅਰ ਸੁਸਾਇਟੀ UK ਵੱਲੋਂ ਜਿਹੜਾ ਸੀਗਾ ਫ੍ਰੀ ਅੱਖਾਂ ਦਾ ਚੈੱਕਅਪ ਕੈਂਪ ਜਿਹੜਾ ਲਗਾਇਆ ਗਿਆ ਸੀ, ਜਿੱਥੇ ਕਿ ਵੱਡੀ ਗਿਣਤੀ ਵਿੱਚ ਜਿਹੜੇ ਆ ਮਰੀਜ਼ ਪਹੁੰਚੇ ਜਿਨ੍ਹਾਂ ਨੇ ਆਪਣਾ ਜਿਹੜਾ ਚੈੱਕਅਪ ਕਰਵਾਇਆ ਆ, ਅਤੇ ਉਹਨਾਂ ਨੂੰ ਜਿਹੜਾ ਡਾਕਟਰਾਂ ਨੇ ਵਧੀਆ ਸਲਾਹਾਂ ਦਿੱਤੀਆਂ ਆ, ਅਤੇ ਜਿਨ੍ਹਾਂ ਦਾ ਓਪਰੇਸ਼ਨ ਸੀ ਉਹਨਾਂ ਨੂੰ ਉਹਨਾਂ ਨੇ ਹੋਸਪਿਟਲ ਜਿਹੜਾ ਆ ਸੁਜੈਸਟ ਕੀਤਾ ਆ ਵੀ ਉੱਥੇ ਜਾ ਕੇ ਓਪਰੇਸ਼ਨ ਹੋਏਗਾ ਅਤੇ ਉਹ ਵੀ ਫ੍ਰੀ ਹੋਏਗਾ। ਅਤੇ ਸੋ ਅੱਜ ਤੁਹਾਨੂੰ ਹੋਰ ਵੀ ਦੱਸਦੀ ਹੈ ਕਿ ਇਸ ਸੁਸਾਇਟੀ ਦੇ ਵੱਲੋਂ ਜਿਹੜਾ ਆ ਸਮਾਜਿਕ ਕਾਰਜ ਜਿਹੜੇ ਕੀਤੇ ਜਾਂਦੇ, ਜਿਵੇਂ
ਤੁਹਾਨੂੰ ਸਟਾਰਟਿੰਗ 'ਚ ਵੀ ਦੱਸਿਆ ਸੀਗਾ ਕਿ ਇੱਥੇ ਜਿਹੜੀ ਲੋਹੜੀ ਆ ਬੱਚੀਆਂ ਦੀ ਪਾਈ ਜਾਂਦੀ ਆ ਅਤੇ ਜਿਹੜਾ ਹੁਣ 8 ਤਰੀਕ ਆ 8 ਤਰੀਕ ਨੂੰ ਇੱਥੇ 1100 ਬੱਚਿਆਂ ਦੀ ਜਿਹੜੀ ਆ ਲੋਹੜੀ ਪਾਈ ਜਾਵੇਗੀ ਅਤੇ ਇਸ ਤੋਂ ਇਲਾਵਾ 7 ਤਰੀਕ ਨੂੰ ਜੀ ਤੁਹਾਨੂੰ ਦੱਸ ਦਈਏ ਕਿ ਇੱਥੇ ਵਿਆਹ ਆ ਆਨੰਦ ਕਾਰਜ ਜਿਹੜੇ ਆ ਗਰੀਬ ਬੱਚੀਆਂ ਜਿਹੜੀਆਂ ਨੇ ਉਹਨਾਂ ਦੇ ਆਨੰਦ ਕਾਰਜ ਜਿਹੜੇ ਸੰਸਥਾ ਦੇ ਵੱਲੋਂ ਕਰਵਾਏ ਜਾਂਦੇ ਨੇ ਤੋ ਸੋ ਸਾਰਿਆਂ ਨੂੰ ਅਪੀਲ ਆ ਕਿ ਤੁਸੀਂ ਉੱਥੇ ਪਹੁੰਚੋ ਅਤੇ ਜਿਹੜੀਆਂ ਗਰੀਬ ਬੱਚੀਆਂ ਨੇ ਜਿਹੜੇ ਜੋੜੇ ਆ ਉਹਨਾਂ ਨੂੰ ਤੁਸੀਂ ਆਪਣਾ ਆਸ਼ੀਰਵਾਦ ਦਿਓ ਅਤੇ ਹੁਣ ਮੈਨੂੰ ਰੂਪ ਅਤੇ ਕੈਮਰਾਮੈਨ ਜਸੀ ਸੈਣੀ ਨੂੰ ਦਿਓ ਇਜਾਜ਼ਤ ਧੰਨਵਾਦ ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ TV ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ